ਕੌਣ ਹੈ? ਕੌਣ ਹੈ? ਨਹੀਂ ਦੁੱਖ ਸੁੱਖ ਜ਼ਿੰਦਗੀ 'ਚ ਆਉਂਦੇ ਰਹਿਣਗੇ, ਕਈ ਵਾਰੀ ਕਈ ਜਾਣੇ ਕਈ ਕਈ ਕੁਝ ਕਹਿਣਗੇ। ਉਹ ਰੱਬ 'ਤੇ ਭਰੋਸਾ, ਨੀਅਤ ਸਾਫ਼ ਰੱਖਿਓ, ਆਪਣਿਆਂ ਨੂੰ ਆਪਣੇ ਆਸ ਪਾਸ ਅਤੇ ਸਭ ਤੋਂ ਖਾਸ ਰੱਖਿਓ, ਕਿਉਂਕਿ ਇਹ ਜੱਗ ਜਿਉਂਦਿਆਂ ਦੇ ਮੇਲਿਆ ਸੱਜਣਾ, ਇੱਥੇ ਮਰਿਆਂ 'ਤੇ ਨਾਸ ਰੱਖਿਓ। ਵੈਲਕਮ ਬੈਕ ਟੂ ਚੈਨਲ ਗਾਈਜ਼, ਆਈ ਹੋਪ ਐਵਰੀਵਨ ਇਜ਼ ਡੂਇੰਗ ਗ੍ਰੇਟ। ਜਿੰਨਾ ਹੋ ਸਕਦਾ ਆਪਦੇ ਰਿਸ਼ਤਿਆਂ ਨੂੰ ਸਾਂਭ ਕੇ ਰੱਖੋ, ਉਹਨਾਂ ਨੂੰ ਅਹਿਮੀਅਤ ਦਿਓ, ਕਿਉਂਕਿ ਔਖੇ ਟਾਈਮ ਆਪਣੇ ਹੀ ਆਪਣਿਆਂ ਦੇ ਨਾਲ ਖੜਦੇ ਆ। ਆਇਓ ਫਿਰ ਅੱਜ ਰਿਸ਼ਤੇ ਸਾਂਭਣ ਦਾ ਟਾਈਮ ਆ। ਜਦੋਂ ਮਾਮਾ ਬਾਹਰ ਚਲਾ ਗਿਆ ਸੀਗਾ, ਮੰਮੀ ਨੇ ਸਾਰੇ ਇੱਥੇ ਦੇ ਰਿਸ਼ਤੇ ਸਾਂਭੇ ਸੀਗੇ, ਜਿਵੇਂ ਮਾਸੀ ਨੂੰ ਸੰਧਾਰਾ ਵਗੈਰਾ ਸਾਰਾ ਕੁਛ ਉਹ ਇੱਥੋਂ ਆਪ ਕਰਦੀ ਸੀ। ਹੁਣ ਮੰਮੀ ਵੀ ਬਾਹਰ ਚਲੀ ਗਈ, ਹੁਣ ਗਾਹਾਂ ਵਾਲੀ ਜ਼ਿੰਮੇਵਾਰੀ ਹੈਗੀ ਆ ਸਾਡੀ। ਹੁਣ ਇਹ ਸਾਡੇ 'ਤੇ ਆ ਕਿ ਅਸੀਂ ਕਿੰਨਾ ਕੁ ਰਿਸ਼ਤਿਆਂ ਨੂੰ ਸਾਂਭ ਸਕਦੇ ਹਾਂ। ਕੋਸ਼ਿਸ਼ ਸਾਡੀ ਪੂਰੀ ਜਾਰੀ ਆ, ਪਰ ਅੱਜ ਦੇ ਟਾਈਮ 'ਚ ਕਹਿੰਦੇ ਅੱਜ ਦੇ ਯੁੱਗ 'ਚ ਬੰਦਾ ਐਂ ਸੋਚ ਲੈਂਦਾ ਛੱਡ ਕੋਈ ਨਾ, ਫਿਰ ਕੀ ਹੈ, ਪਿਆਰ ਤਾਂ ਆਪਣਾ ਹੈਗਾ ਹੀ ਆ, ਪਰ ਕੁਛ ਕੁ ਪਿਆਰ ਨੂੰ ਨਾ ਦਿਖਾਉਣਾ ਪੈਂਦਾ ਹੁੰਦਾ, ਫਿਰ ਉਹ ਲੰਬੇ ਟਾਈਮ ਲਈ ਚੱਲਦਾ ਹੁੰਦਾ। ਅੱਜ ਪਿਆਰ ਦਿਖਾਉਣ ਦਾ ਟਾਈਮ ਆ, ਮਾਸੀ ਨੂੰ ਇੱਕ ਸੂਟ ਲੈ ਕੇ ਦੇ ਹੀ ਦੇਣਾ ਆਪਾਂ, ਚਲੋ ਚਲੀਏ। ਸਹੀ ਹੈ ਨਾ? ਮੈਂ ਨਾ ਜਿਹੜੇ ਦਿਨ ਜਿਹੜੀ ਫੀਲ 'ਚ ਹੁੰਦਾ ਵਾਂ ਉਹ ਜਿਹੀ ਗੱਲ ਕਰਦਾ ਹੁੰਦਾ। ਅੱਜ ਮੈਂ ਬਹੁਤ ਇੱਕ ਸਿਆਣਾ ਬਿਆਣਾ ਨਾ ਘਰ ਦਾ ਮੈਂਬਰ, ਜ਼ਿੰਮੇਵਾਰ ਇਨਸਾਨ ਬਣਿਆ। ਮੈਂ ਸਾਰਿਆਂ ਨੂੰ ਇਹੀ ਪ੍ਰੇਰਿਤ ਕਰੂੰਗਾ ਕਿ ਤੁਸੀਂ ਵੀ ਜ਼ਿੰਮੇਵਾਰ ਇਨਸਾਨ ਬਣੋ ਅਤੇ ਆਪਦੇ ਰਿਸ਼ਤਿਆਂ ਨੂੰ ਸਾਂਭੋ, ਕਿਉਂਕਿ ਆਪਣੇ ਹੀ ਤੋਂ ਆਪਣੇ ਹੋਤੇ ਹੈਂ। ਤੂੰ ਕਿਉਂ ਹੱਸੀ ਜਾਂਦਾ? ਆਹ ਕਿੱਥੋਂ ਲੈ ਕੇ ਆਇਆ ਚੀਜ਼ੀ? ਇਹ ਉੱਪਰ ਖੋਲੀ ਹੋਈ ਆ, ਪਤਾ ਇੰਨਾ ਮੂੰਹ 'ਚ ਪਾ। ਨੋ ਨੋ, ਇਹ ਦਾਦੂ ਨੇ ਲੈ ਕੇ ਦਿੱਤੀ ਹੈ? ਫਿਰ ਕਿਹਨੇ ਲੈ ਕੇ ਦਿੱਤੀ ਹੈ? ਆਪੇ ਹੀ ਦਿੱਤੀ ਹੈ ਭਾਈ ਨੇ। ਭਾਈ ਨੇ ਕਿਹਾ ਮੈਂ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ। ਨਹੀਂ ਕਿਉਂ ਪੁੱਤ? ਹੁਣ ਜੇ ਅੱਜ ਸ਼ਾਇਦ ਮੀਂਹ ਪਈ ਜਾਵੇ, ਕਿਉਂਕਿ ਆਪਾਂ ਦੋਨੀ ਗੱਡੀਆਂ ਧਵਾਤੀਆਂ, ਹੁਣ ਮੀਂਹ ਪੈਣ ਦੇ ਪੂਰੇ ਪੂਰੇ ਚਾਂਸ ਆ। ਅੱਜ ਤਾਂ ਦੋਨੇ ਲਿਸ਼ਕਾਂ ਮਾਰਦੀਆਂ ਨੇ। ਵਾਹ ਜੀ ਵਾਹ, ਕਿਆ ਬਾਤ ਹੈ। ਸ਼ੇਰੇ, ਕਿਹੜੀ ਗੱਡੀ 'ਚ ਜਾਣਾ ਵਾ? ਕਿਹੜੀ ਗੱਡੀ 'ਚ ਜਾਣਾ ਵਾ? ਓਏ, ਕਿਹੜੀ ਗੱਡੀ 'ਚ ਜਾਣਾ ਵਾ? ਹੈਲੋ, ਕਿਹੜੀ ਗੱਡੀ 'ਚ ਜਾਣਾ ਵਾ? ਗੱਡੀ 'ਚ ਰੱਖਣਾ ਪੁੱਤ ਇੱਧਰ। ਲਿਆ ਚੱਕ ਕੇ, ਹੁਣ ਲਿਆ 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 ਲਿਆ। ਗੱਡੀਆਂ ਧਵਾਈਆਂ ਦਾ ਸਰ ਜੂਗਾ, ਪਰ ਮੀਂਹ ਤਾਂ ਪੈ ਜਾਵੇ ਯਾਰ। ਅੱਗੇ ਐਂ ਹੁੰਦਾ ਸੀਗਾ ਜੇ ਗੱਡੀ ਧਵਾਈ ਹੁੰਦੀ ਸੀਗੀ, ਕਹਿ ਦਿੰਦੇ ਸੀਗੇ ਵੀ ਅੱਜ ਨਾ ਮੀਂਹ ਪਵੇ, ਕੋਈ ਚੱਕਰ ਨਹੀਂ, ਜਿੰਨਾ ਮਰਜ਼ੀ ਮੀਂਹ ਪੈ ਜੇ ਦੁਬਾਰਾ ਧਵਾ ਲਾਂਗੇ। ਉਹ ਵਾਹਿਗੁਰੂ ਸੱਚਿਆ ਪਾਤਸ਼ਾਹ, ਇੰਨੀ ਗਰਮੀ ਯਾਰ। ਕੀ ਲੈਣਾ ਵਾ? ਕੀ ਲੈਣਾ ਵਾ? ਸਰਦਾਰ ਸਾਹਿਬ ਜੀ, ਗੱਡੀ ਸਟਾਰਟ ਨਹੀਂ ਹੋਣ ਦਿੰਦੇ, ਪਹਿਲਾਂ ਇਹਨਾਂ ਨੂੰ ਵਿੱਚ ਛੇਤੀ ਬਿਠਾ ਲਓ। ਅੱਜ ਡੈਡੀ ਵੀ ਆਪਣੇ ਨਾਲ ਚੱਲੇ ਆ, ਜਿੰਨਾ ਟਾਈਮ ਉੱਥੇ ਬੁੜੀਆਂ ਬਹਿ ਕੇ ਚੁਗਲੀਆਂ ਕਰਨਗੀਆਂ, ਮਤਲਬ ਦੁੱਖ ਸੁੱਖ ਸਾਂਝੇ ਕਰਨਗੀਆਂ, ਉਹਨੇ ਟਾਈਮ 'ਚ ਮੈਂ ਡੈਡੀ ਅਤੇ ਸਿਕੰਦਰ ਅੰਕਲ, ਮਤਲਬ ਸਿਮਰਨ ਦਾ ਡੈਡੀ ਜੇ ਸਿਮਰਨ ਵੀ ਘਰੇ ਹੋਇਆ, ਤਾਂ ਅਸੀਂ ਜਗੇੜੇ ਦੇ ਪੁਲ 'ਤੇ ਜਾ ਕੇ ਉਹਨਾਂ ਦੁਬਾਰਾ ਫਿਰ ਪੱਥਰ ਦੇਖਣਾ, ਕਿਉਂਕਿ ਉਹ ਬਾਈ ਦਾ ਫੋਨ ਆ ਗਿਆ, ਉਹ ਸਿਕੰਦਰ ਅੰਕਲ ਨੂੰ ਜਾਣਦੇ ਆ ਵੀ ਰੇਟ ਕਰ ਲਾਂਗੇ। ਆ ਜਾਓ ਤੁਸੀਂ ਦੁਬਾਰਾ ਇੱਕ ਵਾਰੀ, ਹੈ ਨਾ? ਚਲੋ ਵਧੀਆ, ਦੇਖ ਆਇਓ ਟਾਈਮ, ਅਸੀਂ ਤੁਰਦਿਆਂ ਨੇ ਡੇਢ ਹੀ ਵਜਾ ਲਿਆ।
ਬਿਕੋਜ਼ ਆਫ ਦਿਸ ਮੈਨ ਆਪਾਂ ਮੰਮੀ ਦੇ ਨਕਸ਼ੇ ਕਦਮਾਂ ਤੇ ਚੱਲਣਾ ਵਾ 1 ਵਜੇ ਤੋਂ ਪਹਿਲਾਂ ਘਰੋਂ ਨਿਕਲਣਾ ਹੀ ਹੈਗਾ ਫਿਰ ਨਹੀਂ ਤਾਂ ਕਹਿਣਗੇ ਬਦਲ ਗਏ ਹਾਂ ਇਹ ਤਾਂ ਬਦਲ ਗਏ ਅਸੀਂ ਨਹੀਂ ਬਦਲਦੇ ਜਮਾ ਵੀ ਮੰਮੀ ਆਵਾਂਗੇ ਹਾਂ ਅਸੀਂ 2% ਢੀਠ ਹੋਰ ਹੋ ਸਕਦੇ ਹਾਂ ਪਰ ਅਸੀਂ ਸੁਧਰ ਨਹੀਂ ਸਕਦੇ ਹੈਗੇ ਨਹੀਂ ਸਾਰਿਆਂ ਨੇ ਕਹਿਣਾ ਆ ਪੰਮੀ ਦਾ ਘਰੋਂ ਨਿਕਲਣ ਲਈ ਲੇਟ ਹੋ ਜਾਂਦੀ ਆ ਮਾਸੀ ਦਾ ਫੋਨ ਆਇਆ ਕਹਿੰਦੇ 12 ਵੱਜ ਗਏ ਤੁਸੀਂ ਹਲੇ ਘਰੋਂ ਤੁਰੇ ਹੀ ਨਹੀਂ ਹੈਗੇ ਮੈਂ ਕਿਹਾ ਬਸ ਮਾਸੀ ਅਸੀਂ ਤਿਆਰ ਹੁਣ ਤੁਰਨ ਨਹੀਂ ਲੱਗਦੇ 12 ਤੋਂ ਅਸੀਂ 1:30 ਵਜੇ ਜਾਣੇ ਚੱਲ ਕੋਈ ਨਹੀਂ ਹਲੇ ਮੰਡੀ ਵੀ ਜਾਣਾ ਹਾਂ ਇਹ ਵੀ ਦੱਸਿਆ ਮਾਸੀ ਨੂੰ ਵੀ ਹਲੇ ਅਸੀਂ ਮੰਡੀ ਵੀ ਹੋ ਕੇ ਆਣਾ ਨਹੀਂ ਵਧੀਆ ਹੁਣ ਦੁਪਹਿਰ ਦੁਪਹਿਰ ਆਰਾਮ ਕਰ ਲਾਂਗੇ ਆਪਾਂ 3 ਵਜੇ ਪਹੁੰਚ ਜਾਣਾ ਸਹੀ ਗੱਲ ਹੈ ਰਣਸ਼ੇਰ ਕਿੱਥੇ ਚੱਲਿਆ ਮਾਮੂ ਕੋਲੇ ਨਹੀਂ ਚੱਲਿਆ ਰਣਸ਼ੇਰ ਚੱਲਿਆ ਦਾਦੀ ਕੋਲੇ ਚਾਚੂ ਕੋਲੇ ਟਰੈਕਟਰ ਆ ਉੱਥੇ ਚਾਚੂ ਕੋਲੇ ਦੋ ਵੱਡਾ ਟਰੈਕਟਰ ਦਿਖਾਵਾਂਗਾ ਜੀ ਵੱਡਾ ਨਾਲੇ ਤੋਂ ਲੱਗਿਆ ਹੋਇਆ ਕੋਈ ਚੀਜ਼ ਨਹੀਂ ਹੈਗੀ ਨੈੱਟ ਤੇ ਰੋਜ਼ ਹੀ 70-80% ਮੀਂਹ ਦੱਸਿਆ ਹੁੰਦਾ ਅੱਜ ਸਾਡੇ ਵੀ ਸਵੇਰੇ ਪੂਰਾ ਬੱਦਲ ਆਇਆ ਪੂਰਾ ਘੋਰਿਆ ਪਰ ਕਣੀ 1 ਨਹੀਂ ਪਈ ਹੈਗੀ ਪਿੰਦਰ ਕਹਿੰਦੇ ਬਾਹਰ ਮੀਂਹ ਮੂੰਹ ਨਹੀਂ ਆਇਆ ਮੈਂ ਕਿਹਾ ਬੱਦਲ ਤਾਂ ਬਥੇਰਾ ਆਇਆ ਪਰ ਮੀਂਹ ਨੇ ਦਰਸ਼ਨ ਨਹੀਂ ਦਿੱਤੇ ਰਾਤ ਤੋਂ ਪਏ ਸੀ ਇਹ ਦੇਖ ਕੇ ਪਏ ਸੀ ਵੀ 12 ਵਜੇ ਤੋਂ ਮੀਂਹ ਹੀ ਮੀਂਹ ਆ ਸਹੀ ਗੱਲ ਆ ਪਰ ਹੁਣ ਵੀ ਬੱਦਲ ਚਾਰੇ ਪਾਸੇ ਘੁੰਮ ਰਿਹਾ ਵਾ ਪੈਂਦਾ ਪਤਾ ਨਹੀਂ ਕਿੱਥੇ ਜਾ ਕੇ ਆ ਮੈਂ ਸਵੇਰੇ ਮੋਟਰ ਦੀ ਸੁੱਚ ਬੰਦ ਕਰਿਆ ਚੰਗੀ ਭਲੀ ਲੈ ਓਏ ਤੁਸੀਂ ਸੋਚੀ ਨਾ ਬੰਦ ਕਰਿਆ ਕਰੋ ਸਾਡੇ ਵਾਰੀ ਤੁਸੀਂ ਬੰਦ ਕਰਕੇ ਆਇਓ ਕਿਸੇ ਵਾਰੀ ਮੀਂਹ ਨਹੀਂ ਪਿਆ ਸੀ ਸਾਡੇ ਘਰ ਦਾ ਉਦਣੇ ਹੀ ਪੈਂਦਾ ਸਾਡੇ ਬੱਦਲ ਬਾਚੋਂ ਉਹਦਾ ਡੈਡੀ ਮੋਟਰਾਂ ਦੇ ਸੁੱਚਾ ਪਹਿਲਾਂ ਚੱਕੇ ਆਉਂਦੇ ਆ ਜਾ ਕੇ ਉਧਰ ਪੂਨੇ ਸਾਈਡ ਅਲਰਟ ਹੋਇਆ ਪਿਆ ਵਾ ਵੀ ਇੰਨਾ ਪਾਣੀ ਆ ਹਨਾ ਵੀ ਇੰਨਾ ਪਾਣੀ ਆਇਆ ਪਿਆ ਵਾ ਤੇ ਮਨਾਲੀ ਚ ਵੀ ਕਹਿੰਦੇ ਇੱਕ ਜਦੋਂ ਆਪਾਂ ਸਲਾਂਗ ਵੈਲੀ ਨੂੰ ਜਾਂਦੇ ਆ ਉੱਥੇ ਬੱਦਲ ਫਟ ਗਿਆ ਸਾਡੇ ਪਤਾ ਨਹੀਂ ਕਰਦੇ ਮੀਂਹ ਦਾ ਇੱਧਰ ਨੂੰ ਆ ਜਾਵੇ ਹਾਂਜੀ ਮੰਡੀ ਪਹੁੰਚ ਗਏ ਹੁਣ ਆਪਾਂ ਮਾਸੀ ਲਈ ਸੂਟ ਲੈ ਲਈਏ ਰਣਸ਼ੇਰ ਨੂੰ ਆਪਾਂ ਡੈਡੀ ਕੋਲੇ ਗੱਡੀ ਚ ਬਿਠਾਤਾ ਕਿਉਂਕਿ ਬਾਹਰ ਗਰਮੀ ਬਹੁਤ ਆ ਬਹੁਤ ਗਰਮੀ ਆ ਵੀ ਬਹੁਤ ਗਰਮੀ ਆ ਚਾਂਚਰਾਂ ਦੇ ਕਿਵੇਂ ਛਣ ਛਣ ਕਰਦੀ ਜਾਂਦੀ ਸੋਹਣੀ ਨਹੀਂ ਲੱਗਦੀ ਤੈਨੂੰ ਛਣ ਛਣ ਮੇਰੀ ਨਹੀਂ ਲੱਗਦੀ ਸੂਟ ਆਪਾਂ ਲੈ ਲਏ ਅੰਕਲ ਹੀ ਕੁੜਤਾ ਪਜਾਮਾ ਮਾਸੀ ਲਿਓ ਸੀ ਗ੍ਰੀਨ ਕਲਰ ਦਾ ਸੂਟ ਤੇ ਉਧਰ ਸਰਦਾਰ ਜੀ ਵੀ ਗੱਡੀ ਚੋਂ ਨਿਕਲੇ ਫਿਰਦੇ ਨੇ ਲੇਜ ਖਾਂਦੇ ਫਿਰਦੇ ਆ ਮੰਡੀ ਚ ਇਹ ਕਹਿੰਦਾ ਮੇਰੇ ਮੰਮਾ ਡੈਡਾ ਬਾਜ਼ਾਰ ਘੁੰਮ ਸਕਦੇ ਆ ਮੈਂ ਕਿਉਂ ਨਹੀਂ ਘੁੰਮ ਸਕਦਾ ਚਲੋ ਚੱਲੀਏ ਰੋਂਦਾ ਸੀ ਡੈਡੀ ਮਠਿਆਈਆਂ ਵੀ ਲੈ ਲਈਆਂ ਫਰੂਟਸ ਵੀ ਲੈ ਲਏ ਤੇ ਪੀਪੇ ਵਿੱਚ ਹੈਗੇ ਬਿਸਕੁਟ ਤੇ ਮਾਸੀ ਦੇ ਸੂਟ ਦਾ ਕਲਰ ਨਹੀਂ ਸੀ ਦਿਸਿਆ ਉਵੇਂ ਸਮਾਰ ਕੇ ਦਿਖਾ ਦਾ ਆਹ ਕਲਰ ਦਾ ਸੂਟ ਲਿਆ ਮਾਸੀ ਲਈ ਆਪਾਂ ਨੇ ਤੇ ਨਾਲ ਬੱਦਲ ਵੀ ਲੈ ਲਿਆ ਹਾਂ ਅੱਜ ਮੋਨਾਬਾਦ ਮੀਂਹ ਪਵਾਈ ਦੇਣਾ ਵਾ 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 ਹੁਣ ਮਾਸੀ ਦਾ ਫੋਨ ਆਉਂਦਾ ਸੀਗਾ ਵੀ ਕਿੱਥੇ ਕਾ ਗਏ ਹੁਣ ਆਪਾਂ ਉਹਨਾਂ ਨੂੰ ਦੱਸ ਦਈਏ ਡੈਡੀ ਇਹ ਟਾਣੀ ਖਿੱਚਿਓ ਬੇਰੀ ਦੀ ਚਲੋ ਲੈ ਕੇ ਬਹਿ ਜਾ ਕੋਈ ਨੀ ਡੈਡੀ ਬਹਿ ਜਾ ਤੁਸੀਂ ਕੁਛ ਨੀ ਹੁੰਦਾ ਬਹੁਤ ਗਾਹ ਬੋਲ ਆਇਆ ਹਾਂਜੀ ਬੁੱਤ ਆ ਜਾ ਮੰਮਾ ਕੋਲੇ ਆ ਜਾ ਇਹਨੇ ਮੰਮਾ ਕੋਲੇ ਆਉਣਾ ਸੀ
ਮਾਸੀ ਨੂੰ ਕਿਹਾ ਸੀ 10 ਮਿੰਟਾਂ 'ਚ ਹੀ ਆਏ ਤੇ ਹੁਣ 10 ਮਿੰਟਾਂ ਦੇ 20-25 ਮਿੰਟ ਲੱਗਣਗੇ ਕਿਉਂਕਿ ਫਾਟਕ ਬੰਦ ਨੇ। ਇਹ ਹੋ ਹੀ ਸਕਦਾ ਸੀ ਲੇਟ ਹੋਈਏ, ਸਾਨੂੰ ਕੋਈ ਫਾਟਕ ਖੁੱਲ੍ਹਾ ਮਿਲ ਜਾਵੇ ਤੇ ਹੁਣ ਅਸੀਂ 10 ਰੁਪਏ ਵਾਲੇ ਲੇਜ਼ 4 ਜਣੇ ਇੰਜੋਏ ਕਰਾਂਗੇ। ਕਿਉਂ ਰਣਸ਼ੇਰ ਹੁਣੇ ਵੀ 4-4 ਹੀ ਹੈ। ਖਾ ਲੈ ਪੁੱਤ, ਖਾ ਲਾ ਖਾ ਲਾ ਮੰਮਾ। ਹਾਂਜੀ ਚੀਜੀ ਲੋ ਵੀ ਪਹੁੰਚ ਗਏ ਮਾਸੀ ਕੋਲੇ ਆਪਾਂ। ਅੱਜ ਪਹਿਲੀ ਵਾਰੀ ਮੈਂ ਇਹਨਾਂ ਦਾ ਗੇਟ ਲੱਗਿਆ ਦੇਖਿਆ ਵਾ, ਨਹੀਂ ਅੱਗੇ ਖੁੱਲ੍ਹਾ ਹੀ ਪਿਆ ਹੁੰਦਾ, ਚਪਾਟਾ ਐਨ ਪੂਰਾ। ਹੰਸ਼ੇਰ ਕਿੱਥੇ ਆ ਗਿਆ? ਹੈਂ ਨਹੀਂ ਚਾਚੂ ਕੋਲ ਹਨਾ? ਨਹੀਂ ਨਹੀਂ ਸੋਹਣਾ ਹੈ। ਕੌਣ ਹੈ? ਨਹੀਂ ਕੌਣ? ਘਰੋਂ ਭੁੱਖੇ ਹੀ ਆਏ ਸੀਗੇ, ਆਉਂਦਾ ਹੀ ਮਾਸੀ ਦਾ ਡਰਾਈ ਫਰੂਟ ਵਾਲਾ ਡੱਬਾ ਖੋਲਿਆ, ਲੈ ਪੁੱਤ ਵੀ ਆਉਂਦਾ ਕਹਿੰਦਾ ਇੱਧਰ ਵੀ ਕਰੋ ਮੇਰੇ ਮੱਲੀ ਨੂੰ ਵੀ। ਨੋ ਪੁੱਤ ਤੁਸੀਂ ਨਹੀਂ ਖਾ ਸਕਦੇ। ਤਾਹੀਂ ਤੈਨੂੰ ਵੀਡੀਓ ਨਹੀਂ ਲੈ ਰਹੇ। ਸਾਜਾ ਕੀ ਚਰਨਾਥ ਨਾਲੇ ਮੰਮੀ ਪੈ ਜੀ ਤੇਰੀ ਉਹ ਕੀ ਚਾ ਚੇਰ ਮੇਰਾ ਸੂਟ ਦੇ ਆ ਕੇ। ਮਾਸੀ ਦਾ ਸੂਟ ਚੱਕ ਕੇ ਲੈ ਗਿਆ, ਪਹਿਲਾਂ ਕਹਿੰਦਾ ਇਹ ਮੇਰੀ ਮੰਮਾ ਦਾ ਵਾ, ਹੁਣ ਇਹ ਮੰਮਾ ਨੂੰ ਵੀ ਨਹੀਂ ਦਿੰਦਾ। ਖਾਈ ਖਾਈ ਸੋਹਣਾ ਸੂਟ ਮੰਮਾ ਦਾ, ਸੋਹਣਾ ਨਹੀਂ ਹੈਗਾ? ਚੱਲ ਦਾਦੀ ਦਾ, ਇੱਥੇ ਹੀ ਰੱਖ ਦੇ, ਇੱਥੇ ਹੀ ਰੱਖ ਦੇ ਦਾਦੂ ਦੇ ਸੂਟ ਨਾਲ। ਆਹ ਕਿਹਦਾ ਵਾ? ਦਾਦੂ ਦਾ, ਦਾਦੂ ਦਾ। ਆਹ ਦਾਦੀ ਦਾ ਸੂਟ ਆ ਤੇ ਉਹ ਦਾਦੂ ਦਾ। ਚੌਮ ਲਿਆ ਫਿਰਦਾ, ਅੱਜ ਜਮਾ ਹੀ ਨਹੀਂ ਸੁੱਤਾ, ਮੈਂ ਸਲਾਉਣ ਵੀ ਲੱਗੀ ਸੀ, ਕਹਿੰਦਾ ਨਹੀਂ ਮੈਂ ਤਾਂ ਸੌਣਾ ਹੀ ਨਹੀਂ ਹੈਗਾ। ਇਹਦਾ ਤਾਂ ਆ ਕੇ ਮਾਸੀ ਕੋਲੇ ਜੀ ਲੱਗ ਗਿਆ, ਕਹਿੰਦਾ ਮੈਂ ਘਰੇ ਵੀ ਨਹੀਂ ਜਾਣਾ ਹੈਗਾ, ਮੈਂ ਤਾਂ ਇੱਥੇ ਹੀ ਰਹਿਣਾ ਵਾ। ਪੁੱਤ ਨਾ ਥੱਲੇ ਸਿੱਟੀ ਚੱਲ। ਚਾਚਾ ਬੇਚਾਰਾ ਬਈਆਂ ਦੇ ਪੈਸੇ ਦੇਣ ਗਿਆ ਵਾ। ਆਉਂਦਾ ਚਾਚਾ ਕਹਿੰਦਾ ਮੈਂ ਆਉਣਾ ਵਾ, ਆਉਣਾ। ਹਾਂ ਬਾਹਰ ਗਿਆ ਹੋਇਆ ਚਾਚਾ, ਕਹਿੰਦਾ ਮੈਂ ਆਉਣਾ ਵਾ, ਆਉਣਾ ਮੈਂ। ਚੰਗਾ ਬਾਏ ਮਾਰਦਾ।
ਟਾਈਮ 7:15 ਹੋ ਗਏ ਸਾਨੂੰ, ਬਸ 15 ਮਿੰਟ ਹੀ ਹੋਇਆ ਘਰੇ ਆਇਆ ਨੂੰ। ਰਣਸ਼ੇਰ ਤਾਂ ਸੌਂ ਗਿਆ ਰਾਹ 'ਚ ਆਉਂਦਾ, ਕਿਉਂਕਿ ਅੱਜ ਉਹ ਸਾਰਾ ਦਿਨ ਦਾ ਜਮਾ ਹੀ ਨਹੀਂ ਸੁੱਤਾ, ਉਹਦਾ ਪੂਰਾ ਨੌਕਆਊਟ ਹੋਇਆ ਪਿਆ ਵਾ। ਮੈਂ ਕਿਹਾ ਜੇ ਹੁਣ ਉੱਠ ਖੜਿਆ ਤਾਂ ਉਹਨੂੰ ਰੋਟੀ ਖਿਲਾ ਦਾਂਗੇ, ਨਹੀਂ ਉਹ ਮਾਸੀ ਕੋਲੋਂ ਕਾਸਟਰਡ ਖਾ ਕੇ ਤੁਰੇ ਸੀਗਾ, ਦੁੱਧ ਪਿਲਾ ਦਾਂਗੇ ਸੁੱਤਾ ਰਹੂਗਾ। ਅਤੇ ਮਾਸੀ ਨੇ ਮੈਨੂੰ ਸਬਜ਼ੀ ਦਿੱਤੀ, ਮਾਸੀ ਕਹਿੰਦੀ ਲੈ ਜਾ ਕਿੱਥੇ ਜਾ ਕੇ ਬਣਾਏਗੀ ਤੂੰ। ਪਿੰਦਰ ਕਹਿੰਦਾ ਜਿੱਥੋਂ ਜੀ ਜਿਹੜਾ ਜੀ ਕਰਦਾ ਕਹਿੰਦਾ ਜਲੀ ਸਬਜ਼ੀ ਪਾ ਦਿੰਦਾ, ਕਹਿੰਦਾ ਪਵਨ ਦੇ ਉਹਦਾ ਮੌਜਾਂ ਲੱਗੀਆਂ ਰਹੇ। ਮਾਸੀ ਦੇ ਅੱਜ ਬਣਾਏ ਹੋਏ ਸੀ ਕੋਫਤੇ, ਅਤੇ ਇਹਦੇ ਵਿੱਚ ਹੈਗੀ ਹੈ ਗੋਭੀ ਦੀ ਸਬਜ਼ੀ। ਉੱਦਾਂ ਸ਼ਾਮ ਨੂੰ ਜਿਵੇਂ ਤੁਹਾਨੂੰ ਪਤਾ ਹੀ ਆ, ਪਿੰਦਰੋਂ ਨੇ ਤਾਂ ਦਾਲ ਹੀ ਖਾਂਦੇ ਆ, ਦਾਲ ਤਾਂ ਬਣੀ ਪਈ ਸੀ। ਬਸ ਹੁਣ 6 ਕੁ ਰੋਟੀਆਂ ਪਕਾਉਣੀਆਂ ਨੇ, ਉਹ ਪਕਾ ਕੇ ਫਿਰ ਆਪਾਂ ਵਿਹਲੇ, ਅਤੇ 1 ਦੁੱਧ ਨੂੰ ਬਾਲੀ ਦੇਣੀਆਂ। ਆਹ ਮਾਸੀ ਕਹੇ ਘਰੇ ਨਿੰਬੂ ਲੱਗੇ ਹੋਏ ਨੇ, ਅਤੇ ਮਾਸੀ ਨੇ ਨਿੰਬੂ ਵੀ ਪਾ ਦੇ। ਚਲੋ ਵੀ ਹੁਣ ਆਪਾਂ ਜਿਹੜਾ ਕੰਮ ਰਹਿੰਦਾ ਉਹ ਕਰੀਏ। ਬੈਕ ਹੋਮ ਅੱਜ ਇੱਕ ਇੱਦਾਂ ਦੀ ਨਿਊਜ਼ ਮਿਲੀ, ਉਦੋਂ ਬਾਅਦ 'ਚ ਵਲੋਗ ਬਣਾਉਣ ਨੂੰ ਜੀ ਨਹੀਂ ਕੀਤਾ। ਸੁਣ ਆਪਾਂ ਐਂ ਕਰਦੇ ਹਾਂ, ਆਹ ਵਲੋਗ ਇੱਥੇ ਐਂਡ ਕਰਦੇ ਹਾਂ। ਜੇ ਵਲੋਗ ਵਧੀਆ ਲੱਗਿਆ ਕਿਸੇ ਵੀ ਰੀਜ਼ਨ ਕਰਕੇ, ਵਲੋਗ ਨੂੰ ਲਾਈਕ, ਚੈਨਲ ਸਬਸਕ੍ਰਾਈਬ ਅਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ। ਚੰਗਾ ਜੀ, ਬਾਏ ਬਾਏ, ਟਾਟਾ, ਟੇਕ ਕੇਅਰ।